ਪਟਿਆਲਾ ਸ਼ਹਿਰ ਦੀ ਕਰੋਨਾ ਮਹਾਮਾਰੀ ਤੇ ਹੋਰ ਖਬਰਾਂ ਦੀ ਅਪਡੇਟ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋ ਰਹੇ ਆ ਆ ਪਹਿਲਾਂ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਸਿੰਘ ਜੀ ਦਾ ਸਵਾਗਤ ਕਰ ਲਈ ਅਮਰਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਅਮਰਜੀਤ ਜੀ ਅੱਜ ਅਸੀਂ ਇਹ ਕੋਵਿਡ ਦੀ ਗੱਲ ਕਰਦੇ ਹਾਂ ਤਾਂ ਪਟਿਆਲਾ ਸ਼ਹਿਰ ਚ ਕੋਵਿਡ ਦੇ ਟੋਟਲ ਕਿੰਨੇ ਜ਼ਿਲ੍ਹੇ ਚ ਕਿੰਨੇ ਕੇਸ ਆਏ ਜੀ ਕਰੋਨਾ ਮਹਾਮਾਰੀ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਆਪਾਂ ਰੋਜ਼ ਜਿਹੜਾ ਅਪਡੇਟ ਦਿੰਨੇ ਆ ਇਸ ਨੂੰ ਲੈ ਕੇ 2000 ਦੇ ਕਰੀਬ ਜਿਹੜੇ ਪਟਿਆਲੇ ਨੂੰ ਜਬ ਪਟਿਆਲਾ ਜ਼ਿਲ੍ਹੇ ਨੂੰ ਜਿਹੜਾ ਸਿਹਤ ਭਾਗ ਨੂੰ ਜਿਹੜੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 185 ਪਟਿਆਲਾ ਜ਼ਿਲ੍ਹੇ ਦੇ ਨਾਲ ਜਿਹੜੇ ਨੇ ਕਰੋਨਾ ਪੋਜ਼ੀਟਿਵ ਆਏਗੇ ਨੇ ਜੀ ਫਿਰ ਅੱਜ ਲਗਾਤਾਰ 10ਵੇਂ 12ਵੇਂ ਨੇ 185 ਕੇਸ ਲਗਭਗ 200 ਦੇ ਲਾਗੇ ਕੇਸ ਪਾਏ ਗਏ ਪਟਿਆਲਾ ਸ਼ਹਿਰ ਨਾਲ ਕਿੰਨੇ ਸੰਬੰਧ ਰਖਦੇ ਜੀ ਪਟਿਆਲਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਕਰੀਬਨ 100 ਕੇਸ ਜਿਹੜਾ ਲਗਾਤਾਰ ਜਿਹੜਾ ਹਰ ਰੋਜ਼ ਹੀ ਜਿਹੜਾ ਤਕਰੀਬਨ ਆ ਰਹੇ ਜਾਨੀ ਕਿ 87 ਕੇਸ ਪੜਿਆ ਆ ਜਿਹੜਾ ਸ਼ਹਿਰ ਦੇ ਨਾਲ ਸਬੰਧਤ ਨੇ ਜੋ ਕਿ ਕੰਟੈਕਟ ਟ੍ਰੇਸਿੰਗ ਦੇ ਵਿੱਚ ਆਏ ਨੇ ਜਾਂ ਫਿਰ ਆਪਾਂ ਗੱਲ ਕੀਤੀ ਜਾਵੇ 30 ਦੇ ਕਰੀਬ ਜਾਂ 30 40 ਦੇ ਕਰੀਬ ਜਿਹੜੇ ਨੇ ਉਹ ਐਜ਼ ਅ ਵਰਕ ਜਿਵੇਂ ਆਪਾਂ ਕਹਿੰਦੇ ਇੱਕ ਦੂਜੇ ਦੇ ਬੰਦਾ ਸੰਪਰਕ ਦੇ ਵਿੱਚ ਆਇਆ ਮਿਲਿਆ ਉਹ ਜਿਹੜਾ 40 ਤੋਂ 45 ਜਿਹੜੇ ਕੇਸ ਨੇ ਉਹ ਆ ਜਿਹੜੇ ਇਹਨਾਂ ਕੰਟੈਕਟ ਟ੍ਰੇਸਿੰਗ ਦੇ ਦੌਰਾਨ ਆਏ ਨੇ ਜੀ ਅਮਰਜੀਤ ਜੀ ਪਟਿਆਲਾ ਸ਼ਹਿਰ ਦੇ ਵਿੱਚ ਕੋਈ ਕੰਟੇਨਮੈਂਟ ਏਰੀਆ ਬਣਾਇਆ ਗਿਆ ਜਾਂ ਕੋਈ ਪਹਿਲਾਂ ਕੋਈ ਸੀਗਾ ਉਹਨੂੰ ਖੋਲਿਆ ਗਿਆ ਹੋਵੇ ਜੀ ਜਿਹੜਾ ਕੰਟੇਨਮੈਂਟ ਜ਼ੋਨ ਏਰੀਆ ਦੀ ਗੱਲ ਕੀਤੀ ਜਾਵੇ ਪਟਿਆਲਾ ਚ ਲਗਾਤਾਰ ਜਿਹੜਾ ਕਰੋਨਾ ਮਾਮਲੇ ਦੇ ਕੇਸ ਫੈਲ ਰਹੇ ਨੇ ਉਸ ਨੂੰ ਲੈ ਕੇ ਪਟਿਆਲਾ ਦੇ ਵਿੱਚ ਜਿਹੜੀਆਂ ਦੋ ਕੰਟੇਨਮੈਂਟ ਜ਼ੋਨ ਏਰੀਆ ਬਣਾਏ ਗਏ ਨੇ ਗ੍ਰੀਨ ਪਾਰਕ ਅਤੇ ਤੇਜਪਗ ਕਲੋਨੀ ਕਿਉਂਕਿ ਲਗਾਤਾਰੀ ਸ਼ਹਿਰੀ ਦੇ ਵਿੱਚ ਜਿਹੜਾ ਕੱਲ ਵੀ ਆਪਾਂ ਗੱਲ ਗੱਲ ਕੀਤੀ ਸੀ ਵੀ ਕੰਟੇਨਮੈਂਟ ਜ਼ੋਨ ਏਰੀਆ ਬਣਾਇਆ ਗਿਆ ਤੇ ਅਸੀਂ ਆਪਾਂ ਕੱਲ ਹੀ ਦੱਸਤਾ ਸੀ ਵੀ ਬਣਾਉਣ ਦੀ ਸੰਭਾਵਨਾ ਹੈਗੀ ਹੈ ਤਾਂ ਅੱਜ ਜਿਹੜਾ ਸਿਹਤ ਪ कोरोना मामरਦੇ केस ਜਿਹੜੇ ਵਾਦਰੇ ਨੇ ਇਸ ਕਰਕੇ ਜਿਹੜਾ ਹੈ ਫਸੇਦ ਭਾਗ ਨੇ ਦੋ ਹੋਰ ਕੰਟੇਨਮੈਂਟ ਜ਼ੋਨ ਜਿਹੜੇ ਬਣਾਏ ਨੇ ਜੀ ਅ ਅਮਰ ਜੀ ਜੀ ਤਾਂ ਪਟਿਆਲਾ ਸ਼ਹਿਰ ਦੀ ਗੱਲ ਕੀਤੀ ਹੈ ਪਟਿਆਲਾ ਜ਼ਿਲ੍ਹੇ ਤੇ ਵਕਫ ਵਕ ਕਿੱਥੋਂ ਕਿੱਥੋਂ ਕਿੰਨੇ ਕੇਸ ਆਏ ਨੇ ਜੀ ਪਟਿਆਲਾ ਜ਼ਿਲ੍ਹੇ ਦੇ ਹੋਰ ਏਰੀਆ ਦੀ ਗੱਲ ਕੀਤੀ ਆ ਜਿਸ ਤਰ੍ਹਾਂ ਰਾਜਪੁਰੇ ਦੀ ਗੱਲ ਕੀਤੀ ਹੈ ਕਿ ਛੋਟਾ ਜਿਹਾ ਸ਼ਹਿਰ ਆ 22 ਜਿਹੜੇ ਕੇਸ ਉੱਥੇ ਨੇ ਆਏ ਨੇ ਤੇ ਨਾਬਾ ਦੀ ਗੱਲ ਕੀਤੀ ਹੈ 17 ਤੇ ਸਮਾਣਾ ਦੀ ਗੱਲ ਕੀਤੀ ਜਾ 22 ਇੱਕ ਸਨੋਰ ਤੇ 36 ਵਕ ਵਕ ਪਿੰਡਾਂ ਦੇ ਨਾਲ ਸਬੰਧਤ ਨੇ ਜੋ ਕਰੋਨਾ ਮਹਾਮਾਰੀ ਦੀ ਜਿਹੜੀ ਆ ਅੱਜ ਜਿਹੜੇ ਸ਼ਿਕਾਰ ਹੋਏ ਨੇ ਜੀ ਸਮਾਣਾ ਦੇ ਵੀ ਲਗ ਜੇ 22 ਕੇਸ ਆਣੇ ਉਹ ਤਾਂ ਬਿਲਕੁਲ ਛੋਟਾ ਜਿਹਾ ਕਸਬਾ ਟਾਈਪ ਹੀ ਆ ਬਿਲਕੁਲ ਬਿਲਕੁਲ ਸਮਾਣਾ ਤੇ ਨਾਬਾ ਤੇ ਰਾਜਪੁਰਾ तकरीबन ਛੋਟਾ ਹੀ ਸ਼ਹਿਰ ਮੰਨਿਆ ਜਾਂਦਾ ਹੈ ਇੱਥੇ ਜਿਹੜਾ ਲਗਾਤਾਰ 30 30 ਸਮਾਣਾ ਤਾਂ ਬਹੁਤ ਜ਼ਿਆਦਾ ਛੋਟਾ ਜਿਹਾ ਲਿਮਟਿਡ ਜਾਏਗਾ ਜੀ ਜੀ ਬਿਲਕੁਲ ਸਮਾਣਾ ਜਿਹੜਾ ਨਾਬੇ ਤੋਂ ਘੱਟ ਜਿਹੜਾ ਛੋਟਾ ਏਰੀਆ ਪੈ ਜਾਂਦਾ ਪਰ ਇੱਥੇ ਵੀ ਲਗਾਤਾਰ ਜਿਹੜਾ ਸਮਾਣਾ ਦੇ ਵਿੱਚ ਲਗਾਤਾਰ ਕੇਸ ਕਹਾਂਗੇ ਸਿਹਤ ਭਾਗ ਵੱਲੋਂ ਜਿਹੜਾ ਲਗਾਤਾਰ ਪ੍ਰੋਟੈਸਟ ਕਿਤੇ ਜਾ ਰਹੇ ਨੇ ਇੱਕ ਰਾਤ ਭਰੀ ਖਬਰ ਇਹ ਵੀ ਆ ਅੱਜ 100 ਜਿਹੜਾ 71 ਦੇ ਕਰੀਬ ਜਿਹੜੇ ਮਰੀਜ਼ ਨੇ ਅੱਜ ਪਟਿਆਲਾ ਦੇ 10 ਸਾਲ ਤੋਂ ਠੀਕ ਹੋ ਗਏ ਤੇ ਆਪਣੇ ਘਰ ਵੀ ਪੁੱਜੇ ਨੇ ਜੀ ਅਮਰਜੀਤ ਜੀ ਮੌਤ ਦਾ ਅਕੜਾ ਕਿੰਨਾ ਹੈ ਪਟਿਆਲਾ ਜ਼ਿਲ੍ਹੇ ਚ ਜੀ ਮੌਤਾਂ ਦੀ ਗੱਲ ਕੀਤੀ ਆਵੇ ਤਕਰੀਬਨ ਰੋਜ਼ ਹੀ ਚਾਪਨ ਦਾਸ ਜਿਹੜੀਆਂ ਮੌਤਾਂ ਨੇ ਪਟਿਆਲਾ ਦੇ ਵਿੱਚ ਜਿਹੜੀਆਂ ਹੋ ਰਹੀਆਂ ਨੇ ਅੱਜ ਵੀ ਜਿਹੜੀਆਂ ਮੌਤਾਂ ਨੇ ਜਿਹੜੀਆਂ ਪੰਜ ਮੋਤਾ ਪਟਿਆਲਾ ਜਿਹੜਾ ਸ਼ਹਿਰ ਦੇ ਨਾਲ ਸਬੰਧਤ ਨੇ ਜੀ ਕਿ ਜਿਸ ਤਰ੍ਹਾਂ ਚਾਰ ਪਟਿਆਲਾ ਸ਼ਹਿਰ ਦੇ ਨਾਲ ਸਬੰਧਤ ਤੇ ਇੱਕ ਸਨੋਰਦੀ ਹੈ ਲਗਾਤਾਰ ਹੀ ਦਾ ਪਟਿਆਲਾ ਦੇ ਦੀ ਗੱਲ ਕੀਤੀ ਜਾਵੇ ਮੋਤਾ ਦਾ ਅੰਕੜਾ ਜਿਹੜਾ ਦਿਨੋਂ ਦੇ ਜਿਹੜਾ ਕਰੋਨਾ ਮਾਮਾ ਦੀ ਕਰਕੇ ਜਿਹੜਾ ਵਧਦਾ ਜਾ ਰਿਹਾ ਜੀ ਅ ਅਮਰ ਜੀ ਜੀ ਕਰੋਨਾ ਤੋਂ ਬਾਅਦ ਇੱਕ ਹੋਰ ਖਬਰ ਬਹੁਤ ਇੰਪੋਰਟੈਂਟ ਹੈ ਸਾਡੇ ਲਈ ਜਿਹੜੀ ਬਿੱਤੇ ਦਿਨ ਕਾਫੀ ਨਾਲ ਚਲਦੀ ਆ ਰਹੀ ਹੈ ਜਿਹੜੀ ਅਗਰਵ ਸਿੰਘ ਜੀ ਦੇ ਪਵਨ ਸਰੂਪਾ ਦੇ ਵੇਦਵੀਦਨ ਮਾਮਲੇ ਨੂੰ ਲੈ ਕੇ ਅੱਜ ਫੇਰ ਹਰਿਆਣਾ ਕਮੇਟੀ ਦੇ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂ ਸਭ ਢੀਂਡਾ ਸੀ ਜਿੱਥੇ ਬੀਤੇ ਦਿਨੀ ਬੇਦਬੀ ਹੋਈ ਸੀ ਕਿ ਉਹਨਾਂ ਦਾ ਦੌਰਾ ਸੀਗਾ ਕਿ ਗਲਤ ਗੱਲ ਕੀਤੀ ਉਹਨਾਂ ਨੇ ਜੀ ਜਿਸ ਤਰ੍ਹਾਂ ਆਪਾਂ ਬੀਤੇ ਦਿਨੀ ਪਹਿਲਾਂ ਵੀ ਜਿਹੜੀ ਖਬਰ ਦਿਖਾਈ ਸੀ ਕਲਿਆਣ ਦੇ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਮਾਰ ਦਾ ਛੋਟਾ ਸਰੂਪ ਜਿਹੜਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਜਿਹੜੀ ਇੱਕ ਖਬਰ ਹੋਰ ਆਈ ਹੈ ਜਿਹੜਾ ਆਪਾਂ ਗੱਲ ਕੀਤੀ ਹੈ ਰਾਜਪੁਰੇ ਦੇ ਜਿਹੜੇ ਨਜ਼ਦੀਕ ਪਿੰਡ ਚ ਪੈਂਦਾ ਢੀਂਡਾ ਉੱਥੇ ਗੁਰਦੁਆਰਾ ਸਾਹਿਬ ਜਿਹੜਾ ਰੋਡ ਦੇ ਉੱਪਰ ਸਥਿਤ ਹੈ ਉੱਥੇ ਤਕਰੀਬਨ ਰਾਤ ਨੂੰ ਜਿਹੜਾ ਅੰਦਰ ਦਾਖਲ ਹੋਇਆ ਸੀ ਉਹ ਜਿਹੜਾ ਬਿਨਾ ਕਪੜਾਤੋਂ ਅੰਦਰ ਦਾਖਲ ਹੋਇਆ ਤਾਂ ਪਾਠੀ ਨੇ ਜਿਹੜਾ ਨੂੰ ਪੂਰਾ ਆਪਣਾ ਜਿਹੜਾ ਪਾਠ ਕਰ ਰਿਹਾ ਸੀ ਉੱਥੇ ਮਾਰਿਆ ਸਰੂਪ ਦੀ ਬੇਦਬੀ ਹੋਣ ਤੋਂ ਜਿਹੜਾ ਪੂਰੀ ਕੋਸ਼ਿਸ਼ ਕੀਤੀ ਪਰ ਜਿਹੜਾ ਪਾਠੀ ਆਪ ਜ਼ਖਮੀ ਹੋ ਗਿਆ ਸੀ ਉਸ ਦੇ ਸਬੰਧ ਦੇ ਵਿੱਚ ਅੱਜ ਬਲਜੀਤ ਸਿੰਘ ਦਾਦੂਆ ਜਿਹੜਾ ਹਰਿਆਣਾ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਆਏ ਸੀ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਕਿਉਂਕਿ ਜਿਹੜਾ ਗਲਤ ਕੀਤੀ ਜਾ ਰਹੀ ਰਾਜਨੀਤੀ ਪਾਰਟੀਆਂ ਦੀ ਉਹਨਾਂ ਨੂੰ ਪਛਾਣਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਿਹਾ ਕਿਉਂਕਿ ਜਿਹੜਾ ਸਰਪੰਚ ਆਇਆ ਜਾਂ ਉੱਥੇ ਦੇ ਮੋਤਵਾਰ ਬੰ ਜਿਹੜਾ ਜਥੇਬੰਦੀ ਵਾਲੋ ਅੱਜ ਜਿਹੜਾ ਉਹਨਾਂ ਨੂੰ ਵਾਰਨਿੰਗ ਦਿੱਤੀ ਗਿਆ ਉਹਨੂੰ ਜਲਦੀ ਜਲਦੀ ਪੁਲਿਸ ਨੂੰ ਵਾਰਨਿੰਗ ਦਿੱਤੀ ਜਾ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤਾਂ ਜੋ ਇਹ ਜਿਹੇ ਬੰਦੇ ਨੇ ਦੁਬਾਰਾ ਮੋੜ ਜਿਹੜੇ ਇਹ ਜਿਹੇ ਘਟਨਾਵਾਂ ਨਾ ਕਰ ਸਕਣ ਜੀ ਠੀਕ ਗੱਲ ਅ ਅਮਰਜੀਤ ਸਿੰਘ ਜੀ ਪ੍ਰੈਸ਼ਰ ਬਣਾਉਣਾ ਚਾਹੀਦਾ ਵੀ ਤਾਂ ਜੋ ਕੋਈ ਗੁਰੂਨ ਸਾਹਿਬ ਦੀ ਬੇਦਬੀ ਦਾ ਕੋਈ ਮਾਮਲਾ ਨੂੰ ਲੈ ਕੇ ਉਹ ਸੋਚ ਵੀ ਨਾ ਸਕੇ ਅ ਅ ਅਮਰਜੀਤ ਜੀ ਦੋ ਧਰਨੇ ਸੀਗੇ ਅਮਰਪਟਾਲੇ ਚੱਜ ਲਗਾਏ ਗਏ ਕਿਨਾਰਾ ਵੱਲੋਂ ਤੇ ਇੱਕ ਜਲ ਸਪਲਾਈ ਵਿਭਾਗ ਵੱਲੋਂ ਪਹਿਲਾਂ ਕਿਨਾਰਾ ਦੇ ਧਰਨ ਵੱਲੋਂ ਲਗਾਏ ਗਏ ਧਰਨੇ ਦੀ ਗੱਲ ਕਰ ਲੈਂਦੇ ਆ ਫਿਰ ਲਗਾਤਾਰ ਕਿਨਰ ਭਾਈਚਾਰੇ ਵੱਲ ਦੂਜਾ ਤੀਜਾ ਦਿਨ ਜਿਹੜਾ ਧਰਨਾ ਲਗਾਇਆ ਪਹਿਲਾਂ ਚਾਰ ਨੰਬਰ ਡਿਵੀਜ਼ਨ ਦੇ ਬਾਹਰ ਲਗਾਇਆ ਸੀ ਫਿਰ ਲਾਹੌਰੀ ਗੇਟ ਥਾਣੇ ਦੇ ਬਾਹਰ ਲਗਾਇਆ ਫਿਰ ਅੱਜ ਕਤਵਾਲੀ ਦੇ ਬਾਹਰ ਜਿਹੜਾ ਧਰਨਾ ਪ੍ਰਸ਼ੰਤੀਜੀ ਵਾਰ ਕੀਤਾ ਗਿਆ ਤੁਹਾਨੂੰ ਦੱਸਦੀ ਐ ਉਹੀ ਕਿਨਰਾਂ ਦੀ ਮੰਗ ਐ ਕਹਿੰਉਂਗੀ ਲਗਾਤਾਰ ਜਿਹੜੇ ਨੇ ਉਹ ਕਹਿ ਰਹੇ ਉਸ ਜਿਹੜੇ ਕੁਝ ਜਿਹੜੇ ਦੰਦ ਤਾਦੀ ਪਿੱਤੇ ਜਿਹੜਾ ਫਾਰ ਚੌਂਗ ਦੇ ਵਿੱਚ ਲੜਾਈ ਦੇਖਣ ਨੂੰ ਵੀਲੀ ਸੀ ਕਿਨਰਾਂ ਦੇ ਵਿੱਚ ਜਿਹੜਾ ਪੁਲਿਸ ਮੁਲਾਜ਼ਮ ਵਿੱਚ ਚੱਕੀ ਨੂੰ ਹੋਈ ਸੀ ਵੀ ਉਹ ਕਿਨਰ ਜਿਹੜਾ ਥਾਂ ਥਾਂ ਤੇ ਜਾ ਕੇ ਜਿਹੜੀਆਂ ਸਾਡੀਆਂ ਵਧਾਈਆਂ ਮੰਗਦੇ ਨੇ ਉਹਨਾਂ ਨੂੰ ਲੈ ਕੇ ਪ ਕੂੰਗੀ ਉਹ ਵੀ ਕਿੰਨਰ ਨੇ ਇਹ ਵੀ ਕਿੰਨਰ ਉਹ ਕਹਿੰਦਾ ਅਸਲੀ ਕਿੰਨਰ ਆਪ ਦਾ ਨਕਲੀ ਪਰ ਜਿਹੜੀ ਅਸਲੀ ਨਕਲੀ ਦੀ ਪਛਾਣ ਆ ਉਹ ਅਜੇ ਤੱਕ ਕਿਹੜੇ ਪੁਲਿਸ ਨੂੰ ਵੀ ਨਹੀਂ ਹੋ ਸਕੀ ਤੇ ਅਸਲੀ ਕਿਹੜਾ ਤੇ ਨਕਲੀ ਕਿਹੜਾ ਪਰ ਜਿਹੜਾ ਮਾਮਲਾ ਉਹ ਵਿਚ ਹੀ ਰਹਿ ਕੇ ਰਹਿ ਚੁੱਕਾ ਹੁਣ ਦੇਖਣਾ ਆ ਵਾ ਕਿ ਕਿੰਨਰ ਭਾਈਚਾਰਾ ਵੱਲੋਂ ਕੀ ਅਗਲਾ ਸਟੈਪ ਹੁੰਦਾ ਜੀ ਅ ਅਮਰਜੀਤ ਜੀ ਜਲ ਸਪਲਾਈ ਭਾਗ ਵੱਲੋਂ ਵੀ ਅੱਜ ਧਰਨਾ ਲਗਾਇਆ ਗਿਆ ਉਹਨਾਂ ਦੀ ਕੀ ਸੀ ਮੰਗਾਂ ਜੀ ਕੋਰੋਨਾ ਮਾਮਲੇ ਨੇ ਲੈ ਕੇ ਬੇਸ਼ੱਕ ਡਿਪਟੀ ਕਮਿਸ਼ਨਰ ਵੱਲੋਂ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਆਰਡਰ ਕੀਤੇ ਗਏ ਨੇ ਵੀ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਪਰ ਫਿਰ ਵੀ ਉਹ ਆਪਣੀ ਮੰਗਾਂ ਨੂੰ ਉਹ ਜਿਹੜਾ ਜਲਤ ਸਾਈ ਭਾਵਗਰ ਜਿਹੜਾ ਉਹ ਜਿਹੜੇ ਅਸੀਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਸਾਨੂੰ ਕੱਟ ਦਿੱਤਾ ਗਿਆ ਤੇ ਸਾਡੀ ਤਨਖਾਹਾਂ ਵੀ ਪੈਂਡਿੰਗ ਪਈਆਂ ਨੇ ਇਸ ਕਰਕੇ ਅੱਜ ਜਿਹੜਾ ਉਹਨਾਂ ਨੇ ਹਾਰ ਕੇ ਜਿਹੜਾ ਭੁੱਖ ਹੜਤਾਲ ਕੀਤੀ ਹੈ ਉਹਨਾਂ ਮੰਗ ਕੀਤੀ ਹੈ ਵੀ ਸਾਨੂੰ ਜਿਹੜੇ ਤਨਖਾਹ ਦਿੱਤੀ ਜਾਵੇ ਤੇ ਜਿਹੜਾ ਸਾਡਾ ਪਿਛਲਾ ਬਕਾਇਆ ਉਹ ਵੀ ਦਿੱਤਾ ਜਾਵੇ ਤੇ ਉਹਨਾਂ ਕਿਹਾ ਜੇਕਰ ਸਾਨੂੰ ਨਹੀਂ ਦਿੰਦੇ ਫਿਰ ਆਣ ਸਮਝ ਜਿਹੜਾ ਮੁੱਖ ਮੰਤਰੀ ਦੇ ਘਰ ਤਾਂ ਜਿਹੜੇ ਅਸੀਂ ਇਹ ਕਰਾਓ ਕਰਾਂਗੇ ਜੀ ਲੋੜੇ ਸਰਕਾਰ ਨੂੰ ਇਹਨਾਂ ਦੀ ਗੱਲ ਸੁਣਨ ਦੀ ਕਿ ਕਰੋਨਾ ਜੇ ਉਹਨਾਂ ਨੂੰ ਖਾਣ ਨੂੰ ਪੈਸੇ ਨਹੀਂ ਮਿਲਣਗੇ ਖਾਣ ਨੂੰ ਰੋਟੀ ਨਹੀਂ ਮਿਲੇਗੀ ਤਾਂ ਜਾਇਜ਼ਾ ਉਹ ਤਰਨਾ ਲਗਾਣ ਗਈ ਅਮਰਜੀਤ ਜੀ ਕ੍ਰਾਈਮ ਦੀ ਖਬਰ ਦੀ ਗੱਲ ਕਰਦੇ ਅੱਜ ਪਟਿਆਲਾ ਵਿੱਚ ਅ ਅਫੀਮ ਦੀ ਮਾਤਰਾ ਫੜੀ ਗਈ ਹੈ ਕੌਣ ਸੀ ਗਰੋਹ ਕੋ ਪੰਜਾਬ ਦਾ ਹੀ ਸੀ ਕਿ ਬਾਹਰੋਂ ਆਇਆ ਸੀ ਕੋਈ ਜੀ ਬਿਲਕੁਲ ਜਿਸ ਤਰ੍ਹਾਂ ਨਸ਼ਾ ਤਸਕਰੀਨ ਲੈ ਕੇ ਐਸਐਸਪੀ ਵੱਲੋਂ ਜਿਹੜਾ ਮਹੀਮ ਵਿੱਡੀ ਗਿਆ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜੇ ਗੁਪਤ ਸੂਚਨਾ ਦਤਾ ਤੇ ਦੱਸੇਗਾ ਤਾਂ ਉਸਤੇ ਫੋਨ ਵੀ ਕਰ ਸਕਦਾ ਤਾਂ ਜਿਹੜੀ ਨਾਮ ਤੁਹਾਡਾ ਗੁਪਤ ਰੱਖਿਆ ਜਾਏਗਾ ਇਸ ਦੇ ਨਾਲ ਜਿਹੜਾ ਇੱਕ ਨਾਕਾਬੰਦੀ ਕੀਤੀ ਗਈ ਸੀ ਜਨ ਕਿ ਪਿੰਡ ਚਮਾਰਹੜੀ ਆ ਪਰਿਆਲੇ ਦੇ ਵਿੱਚ ਹੀ ਸਿਤ ਹੈ ਉੱਥੇ ਇੱਕ ਚਾਰਖੰਡ ਤੋਂ ਵਿਅਕਤੀ ਆ ਰਿਹਾ ਸੀ ਜੋ ਜਿਸਨੇ ਆਪਣੇ ਜਿਹੜਾ ਲੱਕ ਦੇ ਨਾਲ ਜਿਹੜੀ ਆ ਫੀਮ ਜਿਹੜੀ ਆ ਕਾਗਜ਼ ਦੇ ਨਾਲ ਲਿਬੜ ਕੇ ਲੱਕ ਦੇ ਉੱਪਰ ਬੰਨੀ ਹੋਈ ਸੀ ਚਾਰਖੰਡ ਦਾ ਵਿਅਕਤੀ ਆ ਜਿਨਾਂ ਕੋਲ 3 ਕਿਲੋ ਫੀਮ ਬਰਾਮਦ ਕੀਤੀ ਗਈ ਕਿਸੇ ਵਿਕਲ ਤੇ ਆ ਰਿਹਾ ਸੀ ਉਹ ਬਾਈਕ ਦੱਸਿਆ ਜਾ ਰਿਹਾ ਜੋ ਪੁਲਿਸ ਵੱਲੋਂ ਸਾਨੂੰ ਜਿਹੜੀ ਜਾਣਕਾਰੀ ਤੇ ਬਾਈਕ ਦੱਸਿਆ ਚਾਰਖੰਡ ਤੋਂ ਮੋਟਰਸਾਈਕਲ ਤੇ ਆ ਰਿਹਾ ਸੀ ਬਹੁਣ ਸੋਚਣਾ ਹੈ ਵੀ ਚਾਰਖੰਡ ਤੋਂ ਮੋਟਰਸਾਈਕਲ ਤੇ ਆਇਆ ਜਾਂ ਕਿਵੇਂ ਆਇਆ ਪੁਲਿਸ ਦਾ ਜਾਣ ਦਾ ਵਿਸ਼ਾ ਪ੍ਰੈਸ ਨੋਟ ਦੇ ਵਿੱਚ ਚਾਰਖੰਡ ਤੋਂ ਦੱਸਿਆ ਜਾ ਰਿਹਾ ਤੇ ਮੋਟਰਸਾਈਕਲ ਤੇ ਆ ਰਿਹਾ ਸੀ 3 ਕਿਲੋ ਫੀਮ ਨਾਲ ਜਿਹੜਾ ਉਸ ਨੂੰ ਜਿਹ ਨਿਹੜਾ ਲਗਾਤਾਰ ਇਹ ਨਸ਼ਕੀ ਨਸ਼ੇ ਦੇ ਸਦਾਗਰ ਨੇ ਉਹ ਫੜੇ ਜਾ ਰਹੇ ਨੇ ਤੇ ਚੈਨ ਕੇ ਟੁੱਟਦੀ ਹੈ ਜਾਂ ਨਹੀਂ ਟੁੱਟਦੀ ਇਹ ਤਾਂ ਹੁਣ ਪੁਲਿਸ ਨੂੰ ਪਤਾ ਵੀ ਕਿਸ ਤਰ੍ਹਾਂ ਚੈਨ ਤੋੜਨੀ ਹੈ ਤੇ ਕਿੱਥੋਂ ਲੈ ਕੇ ਜਾਂਦਾ ਸੀ ਅਗਲੀ ਕਾਰਵਾਈ ਕੀ ਹੈ ਜੀ ਅਮਰਜੀਤ ਜੀ ਅਖੇਲੀ ਖਬਰ ਦੀ ਗੱਲ ਕਰ ਲੈਂਦੇ ਆ ਫੋ ਪਟਿਆਲਾ ਦੇ ਫੌਰਾ ਚੌਂਗ ਬਹੁਤ ਇੱਕ ਅਹਿਮ ਚੌਂਗਾ ਕਿਉਂਕਿ ਸਾਰਾ ਸ਼ਹਿਰ ਦਾ ਸਾਰਾ ਉੱਥੋਂ ਕੋਈ ਵੀ ਬਾਹਰੋਂ ਆਂਦਾ ਹੈ ਜਾਂ ਕਿਧਰੋਂ ਵੀ ਆਵੇ ਉੱਥੋਂ ਮੇਨ ਹੋ ਕੇ ਜਾਣਾ ਪੈਂਦਾ ਅੱਜ ਉੱਥੇ ਮਿਊਨਿਸਪਲ ਕਾਰਪੋਰੇਸ਼ਨ ਵਿਭਾਗ ਵੱਲੋਂ ਉੱਥੇ ਨਾਜਾਇਜ਼ ਜਿਹੜੇ ਉੱਥੇ ਉਹਨਾਂ ਨੇ ਕਵਰ ਕੀਤਾ ਆ ਸੀ ਉਹ ਹਟਾਇਆ ਗਿਆ ਸੀ ਕੀ ਸੀਗਾ ਮਸਲਾ ਸਾਰਾ ਉਹ ਜੀ ਬਿਲਕੁਲ ਜਿਸ ਤਰ੍ਹਾਂ ਹਾਈ ਕੋਰਟ ਦੇ ਹੁਕਮ ਮੀਨ ਜਿਹੜੇ ਨਾਜ ਜਿਹੜੇ ਕਿਸੇ ਨੇ ਕ੍ਰੋਚਪੈਂਡ ਕੀਤੀ ਵੀ ਆ ਜਾਂ ਕਿਸੇ ਨੇ ਨਾਜਾਇਜ਼ ਦੁਕਾਨਾਂ ਦੇ ਬਾਹਰ ਕਵਰ ਕੀਤਾ ਪਿਆ ਉਹਨਾਂ ਨੂੰ ਹਟਾਉਣ ਦੀ ਵਾਰਨਿੰਗ ਪਹਿਲਾਂ ਦੇ ਚੁੱਕੇ ਸੀ ਦੁਕਾਨਦਾਰਾਂ ਨੂੰ ਪਰ ਅੱਜ ਜਿਹੜਾ ਪੂਰੀ ਜਿਹੜੀ ਪੂਰੀ ਟੀਮ ਨਗਰ ਨਿਗਮ ਦੀ ਪੁਲਿਸ ਅਧਿਕਾਰੀ ਉੱਥੇ ਆਏ ਤੇ ਉਹਨਾਂ ਦਾ ਜਿਹੜਾ ਸਾਰਾ ਸਮਾਨ ਬਾਰ ਪਿਆ ਸੀ ਨਗਰ ਨਿਗਮ ਵੱਲੋਂ ਚੱਕਿਆ ਗਿਆ ਧੱਕੇ ਨਾਲ ਨਗਰ ਨਿਗਮ ਸਾਡੀ ਦੁਕਾਨਾਂ ਤੇ ਆ ਕੇ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਹੜਾ ਸਾਡਾ ਸਮਾਨ ਚੱਕ ਕੇ ਲੈ ਜਾਂਦੀ ਆ ਪਰ ਜਿਹੜੇ ਹਾਈਵੇ ਤੇ ਉੱਪਰ ਇਹ ਰਾ ਬਣੇ ਪਏ ਨੇ ਦੁਕਾਨਦਾਰ ਬਣੇ ਪਏ ਜਿਨ੍ਹਾਂ ਨੂੰ ਸਿੱਧਾ ਉਹਨੇ ਕਲੀਅਰ ਕਿਹਾ ਵੀ ਉਹਨਾਂ ਤੋਂ ਮੰਥਲੀ ਜਾਂਦਾ ਵੀ ਪੈਸੇ ਜਾਂਦੇ ਨੇ ਕਿ ਦੂਜਾ ਇਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਨਗਰ ਨਿਗਮ ਨੂੰ ਇਹ ਨਹੀਂ ਦਿਖਦਾ ਜੋ ਨਯਾਜ ਬਿਲਡਿੰਗਾਂ ਮਾਰਦੀਆਂ ਨੇ ਵੀ ਉਹਨਾਂ ਤੇ ਵੀ ਜਿਹੜਾ ਕਿਤਨਾ ਕਿਤੇ ਸਕੰਜਾ ਕੱਸ ਜਾਵੇ ਪਰ ਸਾਡੇ ਤੇ ਆ ਕੇ ਜਿਹੜਾ ਇਹ ਧੋਸ਼ ਜਮਾਨ ਦੇ ਕਹਿੰਗੇ ਇੱਕ ਤਾਂ ਕਰੋਨਾ ਦੀ ਮਾਂ ਮਾਰੀ ਐ ਦੂਜਾ ਸਾਨੂੰ ਤਾਂ ਤੁਸੀਂ ਤੰਗ ਕਰ ਰਹੇ ਹੋ ਇਸ ਦਿਨ ਉਹਨਾਂ ਨੇ ਅੱਜ ਪ੍ਰਸ਼ਾਸਨ ਦੇ ਖਿਲਾਫ ਨਗਰ ਨਿਗਮ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਐ ਉਹਨਾਂ ਨੇ ਕਿਹਾ ਕਿ ਜੇਕਰ ਨਗਰ ਨਿਗਮ ਸਾਡਾ ਸਮਾਨ ਦੁਆਰਾ ਉੱਥੇ ਉਸੇ ਥਾਂ ਤੇ ਨਹੀਂ ਸਟੌਪਿਤ ਕਰਦੀ ਤਾਂ ਵਾਲੇ ਸਮਝ ਅਸੀਂ ਜੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਜਾ ਕੇ ਧਰਨਾ ਪ੍ਰਦਰਸ਼ਨ ਦੇਵਾਂਗੇ ਜੀ ਅਮਰਜੀਤ ਜੀ ਬਹੁਤ ਬਹੁਤ ਧੰਨਵਾ ਦੀ ਪੂਰੀ ਅਪਡੇਟ ਨੂੰ ਲੈ ਕੇ ਤਦ ਤੱਕ ਲਈ ਆ ਗਿਆ ਦਿਓ ਧੰਨਵਾਦ ਸਬਸਕ੍ਰਾਈਬ ਕਰੋ ਚਰਦਿਕਲਾ ਟਾਈਮ ਟੀਵੀ ਨੂੰ ਤੇ ਲੇਟਸ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ